ਮੈਂ ਚਜੇ ਤਾਂ ਕਹਿ ਰਿਹਾ ਜੀ, ਮਿਲੀ ਭੁਗਤ ਹੈ ਮੁੱਖ ਮੰਤਰੀ ਦੀ, ਜਿਹਦੇ ਕੋਲ ਪਲ ਪਲ ਦੀ ਜਾਣਕਾਰੀ ਹੈ, ਤੇ ਫਿਰ ਇਹ ਦੱਸ ਦੇਵੇ ਕਿ ਕਦੋਂ ਗੱਲ ਹੋਈ ਸੀ ਅੰਮ੍ਰਿਤਪਾਲ ਨਾਲ, ਤੇ ਕਦੋਂ ਇਹ ਫੈਸਲਾ ਹੋਇਆ ਸੀ ਕਿ ਤੂੰ ਅਜਨਾਲੇ ਥਾਣੇ ਕਬਜ਼ਾ ਕਰ ਲਈ, ਤੈਨੂੰ ਕੋਈ ਰੋਕੂ ਟੋਕੂਗਾ ਨਹੀਂ, ਤੂੰ ਜਿਹਦਾ ਮਰਜ਼ੀ ਸਿਰ ਪਾੜ ਦੀ, ਜਾ ਕੇ ਥਾਣੇ ਤੇ ਕਾਬਜ ਰਹੀ, ਅੱਜ 10 ਦਿਨ ਬੀਤ ਗਏ, ਤੇਰੇ ਤੇ ਕੋਈ ਪਰਚਾ ਨਹੀਂ ਹੋਗਾ। ਪਲ ਪਲ ਦੀ ਜਾਣਕਾਰੀ ਵਾਲਾ ਇਹ ਜੇ ਕੰਮ ਕਰਾਉਂਦਾ, ਮੈਂ ਤਾਂ ਕਹਿ ਰਿਹਾ ਫਿਕਸ ਮੈਂ ਧਨਵੰਤ ਮਾਨ ਸਾਹਿਬ ਦਾ ਧੰਨਵਾਦੀ ਹਾਂ ਕਿ ਜੋ ਗੱਲ ਮੈਂ ਅੱਜ ਤੋਂ 7-8 ਦਿਨ ਪਹਿਲਾਂ ਕਹੀ ਸੀ ਕਿ ਫਿਕਸਡ ਮੈਚ ਹੈ, ਉਸ ਗੱਲ ਨੂੰ ਕਬੂਲ ਲਿਆ। ਨਹੀਂ ਤਾਂ ਤੁਸੀਂ ਇੱਕ ਗੱਲ ਸਮਝੋ, ਮੈਂ ਤੁਹਾਨੂੰ ਚੈਲੰਜ ਕਰਦਾ, ਤੁਹਾਡੇ 'ਚੋਂ 300 ਰਾਊਂਡ ਆਪਦੇ ਗਲ 'ਚ ਪਾਓ, ਅਸਲਾ ਫੜੋ, ਅਤੇ ਥਾਣੇ ਦੇ ਤੁਸੀਂ ਅਕਿਊਜ਼ਡ ਹੋ, ਅਤੇ ਤੁਸੀਂ ਜਾ ਕੇ ਜੇ ਥਾਣੇ 'ਤੇ ਕਬਜ਼ਾ ਕਰ ਲਓਗੇ ਨਾ, ਤਾਂ ਮੈਂ ਮੰਨ ਜੂ ਤੁਹਾਨੂੰ, ਤੁਹਾਨੂੰ ਮਾਰ ਮਾਰ ਛਿੱਤਰ ਬੰਦੇ ਦਾ ਪੁੱਤ ਬਣਾ ਦੂ ਪੁਲਿਸ। ਮਗਰ ਇਹ ਜਿੱਥੇ ਫਿਕਸਡ ਮੈਚ ਹੁੰਦਾ ਨਾ, ਉੱਥੇ ਫਿਰ ਇਹੀ ਕੁਛ ਹੁੰਦਾ ਜੋ ਦੇਖਣ ਨੂੰ ਮਿਲ ਰਿਹਾ। ਕਾਨੂੰਨ ਆਮ ਸਧਾਰਨ ਨਾਗਰਿਕ ਲਈ ਹੋਰ ਹੈ, ਅਤੇ ਜਿਨ੍ਹਾਂ ਨਾਲ ਪੰਜਾਬ ਦਾ ਮਾਹੌਲ ਵਿਗਾੜਿਆ ਜਾ ਰਿਹਾ, ਹਿੰਦੂ ਸਿੱਖ ਏਕਤਾ ਨੂੰ ਦਾਅ 'ਤੇ ਲਾਇਆ ਜਾ ਰਿਹਾ, ਉਹਨਾਂ ਲਈ ਕਾਨੂੰਨ ਵੱਖਰਾ। ਇਹ ਭਗਵੰਤ ਮਾਨ ਪਲ ਪਲ ਦੀ ਜਾਣਕਾਰੀ ਰੱਖਣ ਵਾਲੇ ਸਪਸ਼ਟ ਕਰ ਜੀ, ਮੇਰੇ ਕੋਲ ਇਹ ਬਤਾਓ, ਲਾਇਸੈਂਸੀ ਹਥਿਆਰ ਮੇ 25 ਰਾਊਂਡ ਸੇ ਜ਼ਿਆਦਾ ਅਲਾਊਡ ਹੀ ਨਹੀਂ, ਵੋ 300 ਰਾਊਂਡ ਲੈ ਕੇ ਕੈਸੇ ਘੂਮ ਰਹੇ ਹੈ ਮੇਰੇ? ਇਹ ਫਿਕਸਡ ਮੈਚ ਮੈਂ ਕਿਉਂ ਕਹਿ ਰਹਾ ਹੂੰ, ਵੋ ਲਾਇਸੈਂਸੀ ਆਮ ਏਕ ਸਟੇਟ ਕਾ ਹੈ, ਵੋ ਹਰਿਆਣੇ ਵੀ ਜਾਤੇ ਹੈ, ਵਹਾਂ ਪੇ ਵੀ ਨਹੀਂ ਕੋਈ ਪੁੱਛ ਰਿਹਾ, ਵੋ ਚੰਡੀਗੜ੍ਹ ਵੀ ਆਤੇ ਹੈ, ਵੋ ਥਾਣੇ ਪੇ ਕਬਜ਼ਾ ਵੀ ਕਰ ਜਾਤੇ ਹੈ, ਔਰ ਵੋ ਪੁਲਿਸ ਮੇਰੇ ਕੋ ਲਗਤਾ ਕਿਸੀ ਮੁੱਖ ਮੰਤਰੀ ਨੇ SSP ਕੇ ਸਾਥ ਵੈਸੇ ਬਾਤ ਨਹੀਂ ਕਰੀ ਹੋਣੀ ਜੈਸੇ ਵੋ ਕਰ ਰਹੇ ਥੇ, ਫਿਕਸਡ ਮੈਚ ਕਾ ਹੀ ਨਤੀਜਾ ਹੈ, ਆਪ ਕਰਕੇ ਦਿਖਾ ਦਿਓ, ਮੈਂ ਮਾਨ ਜਾਊਂਗਾ ਆਪ ਮੇ ਸੇ ਕੋਈ ਕਰਕੇ ਦਿਖਾ ਦੇਗਾ। PTR ਦਾ ਅੱਜ ਦਾ ਬਿਆਨ ਹੈ, ਕਹਿੰਦੇ ਨਿਆਣਿਆਂ ਦੀ ਲੜਾਈ 'ਚ ਗੁਰੂ ਗ੍ਰੰਥ ਸਾਹਿਬ ਲੈ ਗਏ, ਕਹਿੰਦੇ ਉਹਨੂੰ ਕਹੋ ਵੀ ਭਾਈ ਚਿੱਟਿਆਂ ਦੀ ਲੜਾਈ 'ਚ ਤੇਰੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਿਆ, ਨਿਆਣਿਆਂ ਦੀ ਲੜਾਈ ਨਹੀਂ ਹੁੰਦੀ, ਪੰਥ ਦੀ ਲੜਾਈ ਹੁੰਦੀ ਆ, ਕੋਈ ਨਿਆਣੇ ਸਿਆਣੇ ਨਹੀਂ ਹੁੰਦੇ, ਚਿੱਟੇ ਨਾਲ ਲੋਕਾਂ ਦੇ ਪੁੱਤ ਮਾਰ ਦੇਣ ਵਾਲੇ ਬੰਦੇ ਨੂੰ ਬਿਆਨ ਨਹੀਂ ਦੇਣੇ ਚਾਹੀਦੇ। ਦੇਖੋ ਜਿਹੜੇ ਬੰਦਿਆਂ ਨੇ ਅਕਾਲੀ ਦਲ ਦਾ ਇਹ ਅਸ਼ਰ ਕੀਤਾ ਵੀ ਅੱਜ ਅਕਾਲੀ ਦਲ ਹਾਸ਼ੀਏ 'ਤੇ ਆਣ ਕੇ ਪਹੁੰਚਿਆ, ਨੌਜਵਾਨਾਂ ਨੂੰ ਵੀ ਅਪੀਲ ਇਹਨਾਂ ਹੱਥੋਂ ਅਕਾਲੀ ਦਲ ਕੱਢ ਕੇ ਅਕਾਲੀ ਦਲ ਯਾਦ ਕਰੋ, ਅਕਾਲੀ ਦਲ ਪੰਥ ਦਾ ਸਰਮਾਇਆ, ਕਿਸੇ ਇਹਨਾਂ ਦੀ ਕੋਈ ਨਿੱਜੀ ਜਾਇਦਾਦ ਨਹੀਂ। ਸੋ ਇਸ ਕਰਕੇ ਜਿਹੜੇ ਬੰਦਿਆਂ ਨੇ ਚਿੱਟੇ ਦਾ ਵਪਾਰ ਕੀਤਾ ਹੋਵੇ, ਨੌਜਵਾਨਾਂ ਦੇ ਪੁੱਤ ਮਾਰੇ, ਉਹਨਾਂ ਨੂੰ ਤਾਂ ਚੰਗਾ ਲੱਗ ਹੀ ਨਹੀਂ ਸਕਦਾ, ਉਹਨਾਂ ਲਈ ਤਾਂ ਟੱਚਰਾਂ ਕਰਨੀਆਂ ਬਹੁਤ ਜ਼ਰੂਰੀ ਨੇ, ਨਹੀਂ ਤਾਂ ਸਰਕਾਰ ਬੁਰਕੀ ਕਿੱਦਾਂ ਪਾਊਗੀ ਇਹਨਾਂ ਨੂੰ? ਜੇਲ੍ਹਾਂ ਤੋਂ ਬਾਹਰ ਜਿਹੜੇ ਆਏ ਨੇ ਸਜ਼ਾ ਕੱਟ ਕੇ ਆਉਣ ਵਾਲੇ ਬੰਦੇ, ਜਿਹੜੇ ਬਾਹਰ ਆਣ ਕੇ ਗਿਆਨ ਦੇ ਰਹੇ ਨੇ, ਤਾਂ ਮੈਨੂੰ ਇਹ ਲੱਗਦਾ ਵੀ ਜਿਵੇਂ ਕੋਈ ਵੇਸ਼ਵਾ ਗਿਆਨ ਦਿੰਦੀ ਫਿਰੇ ਨਾ, ਵੀ ਇੱਜ਼ਤ ਪੱਥ ਕੀ ਹੁੰਦੀ ਹੈ, ਉਹ ਕੰਮ ਇਹਨਾਂ ਦਾ। ਸੋ ਇਹਨਾਂ ਨੂੰ ਨਹੀਂ ਚਾਹੀਦਾ ਇਹੋ ਜਿਹੇ ਮਸਲਿਆਂ 'ਚ ਪੈਣਾ, ਬੇਇੱਜ਼ਤੀ ਕਰਾਉਂਦੇ ਨੇ ਲੋਕਾਂ ਨੂੰ। ਜਥੇ ਦੇ ਸਿੰਘਾਂ ਦੇ ਅਸਲੇ ਦੇ ਲਾਇਸੈਂਸ ਰੱਦ ਹੋ ਗਏ, ਕੱਲ੍ਹ ਨੂੰ ਪੁਲਿਸ ਇਹ ਅਪੀਲ ਕਰਦੀ ਵੀ ਹੁਣ ਤੁਸੀਂ ਹਥਿਆਰ ਵੀ ਜਮ੍ਹਾਂ ਕਰਾ ਜਾਓਗੇ, ਕੋਈ ਰੱਦ ਹੋ ਗਿਆ? ਦੇਖੋ ਰੱਦ ਹੋਏ ਨਹੀਂ, ਪੈਂਡਿੰਗ ਸ਼ੋਅ ਕਰ ਰਹੇ ਨੇ, ਅਸੀਂ ਇਹ ਸਿੱਧੀ ਗੱਲ ਕਰਦੇ ਹਾਂ, ਉਹਦੇ 'ਚ ਪਤਾ ਨਹੀਂ ਕਿਹਦੇ ਕਦੇ ਨਾ ਐਡ ਕਰਦੇ, ਕਈਆਂ ਬੰਦਿਆਂ ਕੋਲ ਅਸਲੇ ਹੀ ਨਹੀਂ। ਉਹ ਮੈਨੂੰ ਐਂ ਲੱਗਦਾ ਵੀ ਫਿਰ ਨੌਜਵਾਨਾਂ ਨੂੰ ਕੀ ਕਹਿੰਦੇ ਨੇ ਵੀ ਤੁਸੀਂ ਨਜਾਇਜ਼ ਅਸਲੇ ਰੱਖ ਲਓ, ਸਾਨੂੰ ਮਾਰਨ ਵਾਲੇ ਕੋਲ ਨਜਾਇਜ਼ ਅਸਲੇ ਨੇ, ਸਿੱਧੂ ਮੂਸੇ ਦਾ ਕਤਲ ਕਰਨ ਵਾਲੇ ਕੋਲ ਆਟੋਮੈਟਿਕ ਰਾਈਫਲਾਂ ਨੇ, ਸਾਨੂੰ ਜਿਨ੍ਹਾਂ ਨੇ ਸਾਡਾ ਨੁਕਸਾਨ ਕਰਨਾ ਉਹਨਾਂ ਕੋਲ ਸਾਰਾ ਕੁਝ ਹੈਗਾ, ਲਾਇਸੈਂਸੀ ਗੈਰ ਲਾਇਸੈਂਸੀ ਚੱਲੀ ਜਾਂਦਾ, ਜਿਨ੍ਹਾਂ ਨੇ ਡਿਫੈਂਡ ਕਰਨਾ ਉਹਨਾਂ ਦੇ ਲਾਇਸੈਂਸੀ ਵੀ ਖੋਣਗੇ, ਅਤੇ ਫਿਰ ਅਸੀਂ ਤਾਂ ਆਪਣੇ ਆਪਣੇ ਬਚਾਉਣ ਦਾ ਕੋਈ ਜਾਂ ਆਪਣੀ ਮੁਹਿੰਮ ਨੂੰ ਸ਼ੁਰੂ ਕਰਨ ਦਾ ਰਾਹ ਲੱਭਾਂਗੇ।